ਬੁਰਜ ਸ਼ਾਹ ਵਿਖੇ ਸੇਵਾਦਾਰ ਸੁਦੇਸ਼ ਕੁਮਾਰ ਸ਼ਰਮਾ ਨੇ ਸੇਵਾਦਾਰਾਂ ਦੀ ਅਗਵਾਈ ਵਿੱਚ ਅਰਦਾਸ ਕੀਤੀ। ਇਸ ਵਿੱਚ ਕੋਰੋਨਾ ਵਰਗੀ ਭਿਆਨਕ ਵਾਇਰਸ ਤੋਂ ਆਮ ਲੋਕਾਂ ਨੂੰ ਜਲਦ ਮਿਲੇ ਨਿਜਾਤ ਦੀ ਕਾਮਨਾ ਕੀਤੀ। ਉਹਨਾਂ ਨੇ ਅਰਦਾਸ ਕਰਕੇ ਲੋਕਾਂ ਵਿੱਚ ਪ੍ਰਸ਼ਾਦ ਵੰਡਿਆ। ਪਿਛਲੇ ਕਈ ਦਿਨਾਂ ਤੋਂ ਆਪਣੇ ਦਰਬਾਰ ਵਿੱਚ ਸੇਵਾਦਾਰਾਂ ਦੀ ਸਹਾਇਤਾ ਨਾਲ ਕੱਪੜਿਆਂ ਦਾ ਮਾਸਕ ਬਣਾ ਕੇ ਵੰਡ ਰਹੇ ਹਨ। ਉਹਨਾਂ ਨੇ ਦੱਸਿਆ ਕਿ ਜਦੋਂ ਤੋਂ ਇਹ ਭਿਆਨਕ ਵਾਇਰਸ ਪੰਜਾਬ ਵਿੱਚ ਫੈਲਿਆ ਉਦੋਂ ਤੋਂ ਇੱਕ ਕਰੀਬ ਰੋਜ਼ ਲਗਾਤਾਰ ਇੱਕ ਦਿਨ ਵਿੱਚ 400 ਮਾਸਕ ਬਣਾ ਕੇ ਗਰੀਬ ਦਿਹਾੜੀਦਾਰ ਅਤੇ ਜ਼ਰੂਰਤਮੰਦ ਲੋਕਾਂ ਵਿੱਚ ਵੰਡਿਆ ਜਾ ਰਿਹਾ ਹੈ। ਇਸ ਮੌਕੇ ਡਾਕਟਰ ਮੁਕੁਲ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਹਨਾਂ ਨੇ ਆਮ ਲੋਕਾਂ ਨੂੰ ਬੇਵਜ੍ਹਾ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ। ਅਸੀਮ ਸ਼ਰਮਾ, ਰਕੇਸ਼ ਸ਼ਰਮਾ ਅਤੇ ਅਨੀਤਾ ਸ਼ਰਮਾ ਨੇ ਡਾਕਟਰ, ਨਰਸ, ਪੁਲਿਸ ਪ੍ਰਸ਼ਾਸਨ ਅਤੇ ਸਫਾਈ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਇਸ ਮੁਸ਼ਕਿਲ ਘੜੀ ਵਿੱਚ ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦਿਨ ਰਾਤ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਹਨ। ਜੰਡਿਆਲਾ ਤੋਂ ਪਿੰਕੂ ਆਨੰਦ ਅਤੇ ਕੁਲਦੀਪ ਸਿੰਘ ਵਿਰਦ ਦੀ ਰਿਪੋਰਟ। ਆਪਣਾ ਕੀ ਸੇਵਾ ਨਿਭਾ ਰਹੇ ਜੀ ਇਸ ਟਾਈਮ ਤੁਸੀਂ? ਅਸੀਂ ਇੱਥੇ ਜੀ ਸਾਡੇ ਪਿੰਡ ਦੀ ਜਗ੍ਹਾ ਹੈ ਬਾਬਾ ਜੀ, ਬੜੀ ਪੁਰਾਤਨ ਜਗ੍ਹਾ ਹੈ, 150-160 ਸਾਲ ਪੁਰਾਣੀ, ਜਿਵੇਂ ਸਾਡੇ ਪਿੰਡ ਦੇ ਲੋਕ ਸੇਵਾ ਕਰਦੇ ਜੀ ਉਸੇ ਤਰ੍ਹਾਂ ਅਸੀਂ ਇੱਕ 2-3 ਸਾਲ ਤੋਂ ਸਾਡਾ ਮਨ ਸੀਗਾ ਵੀ ਇਹਨੂੰ ਹੁਣ ਮੋਡੀਫਾਈ ਕਰੀਏ, ਵਧੀਆ ਬਣਾਇਆ ਜਾਵੇ, ਇੱਕ ਸਾਂਝੀ ਜਗ੍ਹਾ ਬਣੀ ਜਾਵੇ ਜਿਹਦਾ ਨਾਂ ਹੀ ਅਸੀਂ ਰੱਬ ਦਾ ਘਰ, ਸਭ ਦਾ ਘਰ ਰੱਖਿਆ। ਕੋਈ ਵੀ ਧਰਮ ਦਾ ਬੰਦਾ ਆਵੇ, ਕੋਈ ਵੀ ਆਵੇ ਜਾਵੇ, ਸਭ ਤੋਂ ਮੇਨ ਗੱਲ ਹੈ ਜੀ ਪੈਸੇ ਦੀ ਇੱਥੇ ਕੋਈ ਗੱਲ ਨਾ ਹੋਵੇ। ਇੱਕ ਰੁਪਿਆ ਵੀ ਕੋਈ ਚੈਰਿਟੀ ਨਹੀਂ, ਸਿਰਫ ਇੱਕ ਗੁਲਕ ਲੱਗੀ ਹੈ ਕਿਸੇ ਮਹਾਨ ਚੁਕਾ ਦੇ ਅਤੇ ਬਾਬਾ ਜੀ ਦੇ ਨਾਂ ਦੇ 1 ਰੁਪਿਆ ਵੀ ਲੱਗਦਾ। ਨਹੀਂ ਸਰ, ਕਰੋਨਾ ਵਾਇਰਸ ਦੀ ਬਿਮਾਰੀ ਮਹਾਂਮਾਰੀ ਫੈਲੀ ਹੋਈ ਹੈ, ਹਿੰਦੁਸਤਾਨ ਦੇ ਸਾਰੇ ਲੋਕ ਉਹਦੇ ਖਾਸ ਕਰਕੇ ਉਹਦੇ ਵਿੱਚ ਡਾਕਟਰਸ, ਨਰਸਿਸ, ਪੁਲਿਸ ਫੋਰਸ, ਵਲੰਟੀਅਰ, ਹੋਰ ਵੀ ਸਾਡੇ ਪੰਚ ਜਿੰਨੇ ਵੀ ਆਫਿਸਰਸ ਲੋਕ ਨੇ, ਖਾਸ ਕਰਕੇ ਸਫਾਈ ਕਰਮਚਾਰੀ, ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਇਹਨਾਂ ਦੀ ਲੰਬੀ ਉਮਰ ਦੀ ਦੁਆ ਮੰਗਦਾ। ਅੱਜ ਉਹਦੇ ਵਾਸਤੇ ਅਸੀਂ ਇਹੋ ਸੋਚਿਆ ਸੀ ਵੀ ਜਿਵੇਂ ਪਿੰਡ ਦੇ ਸਾਡੇ ਅਸੀਂ ਦੇਖਿਆ 50% ਆਪਦੇ ਲੋਕ ਮੈਂ ਬਾਹਰ ਖੜ੍ਹਾ ਹੁੰਦਾ, ਰੋਜ਼ ਦੇਖਦਾ ਇਹਨਾਂ ਦੇ ਕੋਲ ਕੋਈ ਮਾਸਕ ਨਹੀਂ, ਕੋਈ ਕੁਛ ਨਹੀਂ, ਕੋਈ ਅਸੀਂ ਚੀਜ਼ ਨਹੀਂ ਹੈ। ਅਸੀਂ ਸਭ ਤੋਂ ਪਹਿਲਾਂ ਇਹ ਸ਼ੁਰੂ ਕੀਤਾ ਵੀ ਸਾਡੀਆਂ ਆਪਣੀਆਂ ਲੇਡੀਜ਼ ਨੇ ਸੇਵਾਦਾਰ ਆਪਣਾ ਕਰਦੀਆਂ ਨੇ, ਉਹ ਰੋਜ਼ ਦਾ ਰੋਜ਼ ਹੀ ਮਾਸਕ ਲਿਆ ਕੇ ਅਸੀਂ ਉਹਨਾਂ ਨੂੰ ਕੱਪੜਾ ਲਿਆ ਦੇਈਦੇ, ਉਹ ਹੈਂਡਮੇਡ ਤਿਆਰ ਹੁੰਦੇ ਆ, ਕੋਈ ਐਵਰੇਜ ਰੋਜ਼ ਦਾ 300-400 ਮਾਸਕ ਤਿਆਰ ਹੁੰਦਾ। ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਮਹਾਂਮਾਰੀ? ਮਹਾਂਮਾਰੀ ਦੇ ਵਿੱਚ ਅਸੀਂ ਸਭ ਤੋਂ ਪਹਿਲੀ ਚੀਜ਼ ਤਾਂ ਇਹ ਜੀ, ਮੈਂ ਬਾਬਾ ਜੀ ਅੱਗੇ ਅਰਦਾਸ ਕਰਦਾ ਸਾਡਾ ਪਿੰਡ ਹੱਸਦਾ ਵੱਸਦਾ ਰਹੇ। ਸਰ, ਸਿਵਲ ਹੋਸਪਿਟਲ ਬਟਾਲੇ 'ਚ ਲੱਗਿਆ ਹੋਇਆ। ਹਾਂਜੀ ਹਾਂਜੀ, ਮੇਰਾ ਸੰਦੇਸ਼ ਆਮ ਲੋਕਾਂ ਨੂੰ ਇਹ ਹੈਗਾ ਕਿ ਇਸ ਬਿਮਾਰੀ ਦਾ ਸਾਰਿਆਂ ਨੂੰ ਪਤਾ ਤਾਂ ਹੁਣ ਲੱਗ ਹੀ ਚੁੱਕਿਆ। ਹਾਂਜੀ ਹਾਂਜੀ, ਸਰਕਾਰ ਬਹੁਤ ਜ਼ਿਆਦਾ ਐਫਰਟਸ ਲਾ ਰਹੀ ਹੈ, ਠੀਕ ਹੈ। ਸਭ ਹੁਣ ਜਨਤਾ ਨੂੰ ਮੇਨ ਇਹ ਚਾਹੀਦਾ ਕਰਨਾ ਕਿ ਆਪਣੇ ਘਰਾਂ 'ਚ ਦਾ, ਠੀਕ ਹੈ, ਕਿਉਂਕਿ ਇਹਦਾ ਇਲਾਜ ਤਾਂ ਹਜੇ ਹੈ ਨਹੀਂ, ਸਿਰਫ ਤੁਸੀਂ ਇਹਨੂੰ ਬਚਾ ਸਕਦੇ ਹੋ ਅਤੇ ਇਹਨੂੰ ਬਚਾਉਣ ਦਾ ਤਰੀਕਾ ਸਭ ਤੋਂ ਵਧੀਆ ਹੈ ਕਿ ਤੁਸੀਂ ਘਰਾਂ 'ਚ ਰਹੋ, ਠੀਕ ਹੈ। ਅਤੇ ਜੇ ਕਿਸੇ ਨੂੰ ਕੋਈ ਲੱਛਣ ਆਉਂਦੇ ਆ, ਜਿੱਦਾਂ ਖਾਂਸੀ ਆ ਰਹੀ ਹੈ ਜਾਂ ਤੇਜ਼ ਬੁਖਾਰ ਹੈਗਾ, ਤੁਸੀਂ ਸਿੱਧਾ ਤੁਸੀਂ ਹਸਪਤਾਲ ਜਾਓ, ਤੁਸੀਂ ਆਪਣਾ ਟੈਸਟ ਕਰਵਾ ਸਕਦੇ ਹੋ, ਕਿਉਂਕਿ ਸਰਕਾਰ ਹੁਣ ਜਿਹੜੀ ਹੈਗੀ ਹੈ ਆਪਣਾ ਟੈਸਟ ਜਿਹੜੀ ਹੈ ਸਾਰੇ ਲੋਕਾਂ ਦਾ ਕਰਵਾਉਣਾ ਸ਼ੁਰੂ ਕਰ ਚੁੱਕੀ ਹੈ, ਠੀਕ ਹੈ। ਸਰਕਾਰ ਜਿਹੜਾ ਟੈਸਟ ਕਰਵਾ ਰਹੀ, ਫ੍ਰੀ ਆਫ ਕੋਸਟ ਹੈ ਜੀ? ਹਾਂਜੀ, ਫ੍ਰੀ ਆਫ ਕੋਸਟ ਕਰਵਾ ਰਹੀ ਹੈ, ਠੀਕ ਹੈ। ਜਿਸ ਕਰਕੇ ਕੋਈ ਵੀ ਤੁਹਾਨੂੰ ਲੱਗ ਰਿਹਾ ਹੋਵੇ ਕਿ ਇਹ ਸਾਨੂੰ ਸਿਮਟਮਸ ਆ ਰਹੇ ਨੇ, ਤੁਸੀਂ ਉਹ ਕਰਵਾ ਕੇ ਆਪਣਾ ਜਿਹੜਾ ਵਹਿਮ ਹੈ ਦੂਰ ਕਰਵਾ ਸਕਦੇ ਹੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।